ਹੈਲੋ ਹੈਲੋ, ਵੈਲਕਮ ਬੈਕ ਟੂ ਆਵਰ YouTube ਚੈਨਲ। ਹੈਲੋ ਗਾਇਸ, ਕਿਵੇਂ ਹੋ ਸਾਰੇ ਜਣੇ? ਸੋ ਅੱਜ ਥੋੜੀ ਜਿਹੀ ਜਨਾਬ ਦੀ ਬੈਟਰੀ ਥੋੜੀ ਲੋ ਹੈ, ਥੋੜੇ ਅਨਵੈਲ ਨੇ, ਤੇ ਹੁਣ ਅਸੀਂ ਇਹਨਾਂ ਨੂੰ ਡਾਕਟਰ ਕੋਲ ਲੈ ਕੇ ਚੱਲੇ, ਇਹਨਾਂ ਨੂੰ ਕੈਮ ਕਰਾਂਗੇ ਥੋੜੇ, ਕਿਉਂਕਿ ਕੰਮ ਬਹੁਤ ਜ਼ਿਆਦਾ ਪਏ ਹੋਏ ਨੇ। ਠੀਕ ਹੈ, ਮਤਲਬ ਕੱਲ ਜਦੋਂ ਮੈਂ ਜ਼ੇਰਨ ਨੂੰ ਟਿਊਸ਼ਨ, ਕੱਲ ਦੀ ਤੁਹਾਨੂੰ ਗੱਲ ਦੱਸਦੀ ਆ, ਮੈਂ ਤੁਰ ਕੇ ਲੈਣ ਗਈ ਨਾ ਜ਼ੇਰਨ ਨੂੰ ਕੱਲ, ਹਰਸਿਫਤ ਵੀ ਨਾਲ ਹੀ ਆ ਗਈ। ਸੋ ਤੋਂ ਦੀਦੀ ਨੂੰ ਵਾਜਾਂ, ਹਾਂ ਦੀਦੀ ਨੂੰ ਵਾਜਾਂ ਮਾਰੀ ਆ ਵੀ ਸਿਫਤ ਤੇਰੇ ਮੰਮਾ ਲਈ ਨਹੀਂ ਹੈ, ਮੈਨੂੰ ਕਹਿੰਦੀ ਤੂੰ ਮੈਨੂੰ ਤੋਰ ਕੇ ਲੈ ਕੇ ਚੱਲ, ਤੇ ਮੈਂ ਸਿਫਤ, ਤੇ ਮੈਂ ਕਹਿੰਦਾ ਤੁਰ ਕੇ ਮੇਰੇ ਨਾਲ ਚਲੇ ਜਾਏਗੀ। ਸੋ ਜ਼ੇਰਨ ਦਾ ਬਰਥਡੇ ਔਨ ਦਾ ਵੇ ਆ, ਜ਼ੇਰਨ ਦੇ ਬਰਥਡੇ ਨੂੰ ਸਿਰਫ 4 ਦਿਨ ਰਹਿ ਗਏ ਨੇ, ਤੇ ਕੇਕ, ਉਹਦੇ ਗਿਫਟਸ, ਸਾਰਾ ਕੁਝ ਉਹ ਪਲਾਨ ਕਰਨਾ। ਠੀਕ ਹੈ, ਔਰ ਟ੍ਰੈਂਪੋਲਿਨ ਵੀ ਕਰਨਾ, ਟ੍ਰੈਂਪੋਲਿਨ ਵੀ ਕਰਨਾ, ਟੈਟੂ ਵਾਲਾ ਵੀ ਕਰਨਾ ਆ। ਟੈਟੂ ਵਾਲੇ ਨੂੰ ਕਰ ਲਓ, ਉਹ ਤੇ ਉਹ ਵੀ ਆਂਦਾ ਹੈ ਕਿ ਮਿੱਕੀ ਮਾਊਸ ਵੀ ਚਾਹੀਦਾ, ਈਦਰ ਮਿੱਕੀ ਮਾਊਸ ਈਦਰ ਟ੍ਰੈਂਪੋਲਿਨ, ਦੋਨਾਂ ਦਾ ਜਿਹੜਾ ਤੁਹਾਡਾ ਹੁੰਦਾ ਮਿੱਕੀ ਮਾਊਸ ਕਰ ਦਿੰਦੇ ਆ, ਜਿਹੜਾ ਤੁਹਾਨੂੰ ਸਹੀ ਲੱਗਦਾ ਆ। ਉਹ ਜ਼ੇਰਨ ਦੇ ਬਰਥਡੇ ਦੀਆਂ ਤਿਆਰੀਆਂ ਕਰਨੀਆਂ, ਕੇਕ ਵਗੈਰਾ ਸਾਰਾ ਕੁਝ ਉਹ ਕਰਨਾ ਆ, ਤੇ ਸਕੂਲ ਜਿਹੜੇ ਗਿਫਟਸ ਦੇਣੇ ਉਹ ਵੀ ਲੈਣੇ ਹਲੇ, ਤੇ ਜਿਹੜੇ ਰਿਟਰਨ ਗਿਫਟਸ ਘਰ ਬੱਚਿਆਂ ਨੂੰ ਆਏ ਉਹ ਲੈਣੇ ਆ। ਜਿਹੜੇ ਰਿਟਰਨ ਗਿਫਟਸ ਆਣਾ ਹੋਈ, ਉਹ ਨਵਾਂ ਕੰਮ ਨਹੀਂ ਸਟਾਰਟ ਹੋ ਗਿਆ ਸਾਡੇ ਟਾਈਮ, ਬਿਲਕੁਲ ਕੁਝ ਨਹੀਂ ਹੁੰਦਾ ਸੀ, ਥੋੜੇ ਟਾਈਮ ਨਹੀਂ ਹੁੰਦਾ ਸੀ, ਪਰ ਮੇਰੇ ਟਾਈਮ ਵੀ ਹੁੰਦਾ ਸੀਗਾ। ਸੋ ਯਾ ਹੁੰਦਾ ਆ, ਅਗਲਾ ਗਿਫਟ ਲੈ ਕੇ ਆਉਂਦਾ, ਉਹਨੂੰ ਰਿਟਰਨ 'ਚ ਵੀ ਤਾਂ ਕੁਛ ਦਊਂਗੇ ਨਾ, ਖਾਲੀਆ ਥੋੜ੍ਹੀ ਜਾਊਗਾ। ਫਿਰ ਇੱਕ ਗੇਮਸ ਜਿਹੜੀਆਂ ਖੇਲਣੀਆਂ, ਫਿਰ ਐ ਹੋ ਗਿਆ ਵੀ ਕਿਸ ਦਾ ਬਰਥਡੇ ਆ ਤੁਹਾਨੂੰ ਤਾਂ ਗਿਫਟ ਮਿਲਣਾ ਹੀ ਮਿਲਣਾ ਨਾ, ਆਹ ਉਹਨੂੰ ਮਿਲ। ਤੇ ਉਸ ਤੋਂ ਬਾਅਦ ਮੇਰਾ ਵੀ ਬਰਥਡੇ ਆ ਜਾਣਾ, ਤੂੰ ਵੀ ਰਿਟਰਨ ਗਿਫਟ ਦੇਂਗੀ? ਮੈਂ ਕਿਉਂ ਰਿਟਰਨ ਗਿਫਟ ਦਊਂਗਾ, ਤੂੰ ਹੀ ਮੈਨੂੰ ਗਿਫਟ ਦਊਂਗੇ, ਤੂੰ ਹੀ ਮੈਨੂੰ ਗਿਫਟ ਦਊਂਗੇ। ਠੀਕ ਹੈ, ਯੈਸ, ਬਰਥਡੇ ਗਿਫਟ, ਰਿਟਰਨ ਗਿਫਟ, ਤੁਹਾਡੇ ਬਰਥਡੇ ਤੇ ਨਹੀਂ ਤੁਹਾਨੂੰ ਗਿਫਟ ਮਿਲਦਾ? ਮੈਨੂੰ ਐ ਦੱਸ, ਤੂੰ ਮੈਨੂੰ ਅੱਜ ਤੱਕ ਬਰਥਡੇ ਗਿਫਟ ਕੀ ਦਿੱਤਾ? ਹੋ ਦੱਸ, ਵਿਆਹ ਤੋਂ ਪਹਿਲਾਂ ਮੈਂ ਤੁਹਾਨੂੰ ਮਾਰਕ ਜੈਕਬ ਦੀਆਂ ਕੜੀਆਂ ਦਿੱਤੀਆਂ, ਵਿਆਹ ਤੋਂ ਬਾਅਦ ਦੀ ਗੱਲ ਕਰ, ਉਸ ਤੋਂ ਬਾਅਦ ਦੀ ਗੱਲ ਕਰ, ਉਸ ਤੋਂ ਬਾਅਦ ਚ ਮੈਂ ਤੁਹਾਨੂੰ ਕੱਪੜੇ ਲੈ ਕੇ ਦਿੱਤੇ ਇੱਕ ਵਾਰ। ਲਾਸਟ ਟਾਈਮ ਕੀ ਲੈ ਕੇ ਦਿੱਤਾ ਸੀ? ਲਾਸਟ ਟਾਈਮ ਮੈਂ ਪੂਰੀ ਪਲੈਨਿੰਗ ਕੀਤੀ ਤੁਹਾਡੇ ਬਰਥਡੇ ਦੀ। ਹਾਂ, ਤੇ ਫਿਰ ਕੀ ਮੈਨੂੰ ਗਿਫਟ ਕੀ ਦਿੱਤਾ? ਗਿਫਟ ਕੋਈ ਨਹੀਂ ਦਿੱਤਾ। ਓਕੇ, ਤੇ ਗਿਫਟ ਮੈਂ ਨਹੀਂ ਤੁਹਾਡੇ ਲਈ, ਮੈਂ ਤੁਹਾਡੇ ਕੋਲ, ਤੁਹਾਨੂੰ ਗਿਫਟ ਦੀ ਕੀ ਲੋੜ ਹੈ? ਬਸ ਫਿਰ ਸੇਮ ਗੋਲਸ ਫॉर ਯੂ ਟੂ, ਮੈਨੂੰ ਗਿਫਟ ਚਾਹੀਦਾ ਹੈ ਨਾ, ਠੀਕ ਹੈ, ਮੈਂ ਦੱਸ ਰਿਹਾ। ਸੋ ਸਾਨੂੰ ਹਸਪੀਟਲ ਥੋੜਾ ਜਿਹਾ ਟਾਈਮ ਲੱਗਣਾ ਸੀ, ਸੋ ਅਸੀਂ ਘਰੋਂ ਵੈਸੇ ਬ੍ਰੇਕਫਾਸਟ ਕਰਕੇ ਅਸੀਂ, ਪਰ ਜਨਾਬ ਕਹਿੰਦੇ ਵੀ ਬ੍ਰੇਕਫਾਸਟ ਕਰੀਏ, ਮੈਂ ਕਿਹਾ ਚਲੋ, ਵੈਸੇ ਤਾਂ ਕਾਫੀ ਪੀਣੀ ਸੀ, ਬਟ ਹੇਅਰ ਦਿਸ ਈਕੋ ਬੇਕ ਬਾਈ ਈਕੋ ਬੇਕਡ ਬਾਈ ਈਕੋ, ਬਟ ਦਿਸ ਇਜ਼ ਸੋ ਗੁੱਡ, ਲਾਈਕ ਜਸਟ ਲੁੱਕ ਐਟ ਇਟ, ਦਿਸ ਇਜ਼ ਟ੍ਰਾਇਓ, ਦਿਸ ਰਿਮਾਈਂਡਸ ਮੀ ਆਫ ਬੋਨ ਗੇਤੋ, ਐਂਡ ਹੇਅਰ ਇਜ਼ ਦਾ ਮੈਕਰੋਨ, ਐਂਡ ਵੀ ਹੈਵ ਆਰਡਰਡ ਆਰ ਬ੍ਰੇਕਫਾਸਟ ਐਜ਼ ਵੈਲ, ਸੋ ਲੈਟਸ ਈਟ ਦਿਸ ਬਿਫੋਰ ਇਟ ਕਮਸ। ਸੋ ਕਾਫੀ ਅਸੀਂ ਟੇਕ ਅਵੇ ਕਰਾ ਲਈ ਹੈ, ਦਿਸ ਇਜ਼ ਮਾਈ ਐਸਪ੍ਰੈਸੋ ਕੋਲਡ ਐਂਡ ਦੈਟਸ ਜੋਟਸ ਕੈਪੇਚੀਨੋ, ਜੋ ਤੁਸੀਂ ਇੰਨੇ ਮੋਟੇ ਲੱਗਣ ਡੇ ਆ ਨਾ, ਸੀਰੀਅਸਲੀ ਬਹੁਤ ਮੋਟੇ ਲੱਗਣ ਡੇ ਆ, ਮੂੰਹ ਐਡਾ ਲੱਗਣ ਡਿਆ ਤੁਹਾਡਾ, ਮੋਟੂ ਹੋ ਗਿਆ ਤੂੰ ਮੋਟੂ ਫਿਰ ਤੋਂ। ਸੋ ਆਵਰ ਗ੍ਰਨੋਲਾ ਬਾਊਲ ਇਜ਼ ਹੇਅਰ, ਦਿਸ ਲੁੱਕ ਸੋ ਗੁੱਡ, ਘਰੇ ਭਾਵੇਂ ਫਰੂਟ ਆਪਾਂ ਖਾਈਏ ਨਾ, ਤੇ ਬਾਹਰ ਆ ਕੇ ਆਪਾਂ ਫਰੂਟ ਖਾਣ ਡੇ ਹੈ, ਹੈ ਤੁਸੀਂ ਤਾਂ ਫਿਰ ਵੀ ਘਰੇ ਖਾ ਲੈਂਦੇ, ਮੈਂ ਬਿਲਕੁਲ ਵੀ ਨਹੀਂ ਖਾਂਦੀ। ਐਂਡ ਲੁੱਕ ਐਟ ਦਿਸ ਪਲੇਟਰ, ਦਿਸ ਲੁੱਕ ਸੋ ਯਮ, ਰਾਈਟ, ਅਮੇਜ਼ਿੰਗ। ਫਾਈਨਲੀ ਪਟਿਆਲੇ 'ਚ ਵੀ ਕੋਈ ਅੱਛੀ ਜਗ੍ਹਾ ਖੁੱਲ੍ਹੀ ਹੈ ਜਿੱਥੇ ਅੱਛਾ ਬ੍ਰੇਕਫਾਸਟ ਐਂਡ ਸਾਰਾ ਕੁਝ ਅੱਛਾ ਮਿਲਦਾ, ਮਤਲਬ ਜਿਹੜੀ ਕੌਫੀ ਹੈ ਉਹ ਵੀ ਇੰਨੀ ਅਮੇਜ਼ਿੰਗ ਹੈ, ਲੈਟਸ ਟਰਾਈ ਦ ਫੂਡ। ਸੋ ਫਾਈਨਲੀ ਮੈਂ ਬਹੁਤ ਦਿਨਾਂ ਦੀ ਜੋਤ ਨੂੰ ਕਹਿ ਰਹੀ ਸੀਗੀ ਮੈਂ ਮਿਸੋ ਜਾਣਾ, ਐਂਡ ਮੈਂ ਭਰ ਕੇ ਪੂਰਾ ਬੈਗ ਉੱਥੋਂ ਚੀਜ਼ਾਂ ਲੈ ਕੇ ਆਈ ਹਾਂ, ਵਾਸ਼ਰੂਮ ਦੀਆਂ ਅੱਛੀਆਂ ਅੱਛੀਆਂ ਕਿਊਟ ਕਿਊਟ, ਕਿਹਦਾ ਲੱਗ ਰਿਹਾ ਆਪਕੋ? ਬਹੁਤ ਚਲਾ ਗਿਆ, ਕਿਉਂਕਿ ਮੇਰੇ ਪੈਸੇ
ਕਿੱਡੇ ਖਰਾਬ ਨੇ ਟੈਕਨੀਕਲੀ ਮੇਰੇ ਖਰਚ ਹੋਏ ਨੇ ਵੈਸੇ ਤੁਹਾਡੇ ਹੀ ਪੈਸੇ ਸੀਗੇ ਵਿੱਚ ਸਰ ਉਹੀ ਖਰਚ ਹੋ ਰਹੇ ਨੇ ਐਸੇ ਹੀ ਜਾ ਰਹੇ ਆ ਵੈਸੇ ਐਸੇ ਐਸੇ ਕਰਕੇ ਸੋ ਬਾਕੀ ਦੋ ਤਿੰਨ ਚੀਜ਼ਾਂ ਸੀਗੀਆਂ ਉਹ ਕਰੀਆਂ ਨਵਾਂ ਕੈਫੇ ਅੱਜ ਟਰਾਈ ਕਰਿਆ ਬਹੁਤ ਵਧੀਆ ਲੱਗਿਆ ਸਿਰੇ ਲਾਈਕ ਫੂਡ ਸੋ ਗੁੱਡ ਮਤਲਬ ਐ ਹੁੰਦਾ ਨਾ ਕਿ ਇੱਕ ਕਾਫੀ ਨੀ ਵਧੀਆ ਹੁੰਦੀ ਕਿਤੇ ਫੂਡ ਵਧੀਆ ਹੁੰਦਾ ਪਰ ਇੱਥੇ ਸਾਰਾ ਕੁਛ ਹੀ ਵਧੀਆ ਸੀਗਾ ਕਾਫੀ ਤਾਂ ਸਿਰੇ ਹੀ ਸੀ ਠੀਕ ਹੈ ਤੇ ਹੁਣ ਸ਼ਾਮ ਨੂੰ ਜਿਹੜੇ ਮੇਰੇ ਥੋੜੇ ਬਹੁਤ ਬਾਜ਼ਾਰ ਦੇ ਕੰਮ ਨੇ ਉਹ ਮੈਂ ਸ਼ਾਮ ਨੂੰ ਕਰੂੰਗੀ ਕਿਉਂਕਿ ਹੁਣ ਮੇਰਾ ਸਲੀਪਿੰਗ ਟਾਈਮ ਹੋ ਚੱਲਿਆ ਕਿਉਂਕਿ ਨੀਂਦ ਆ ਰਹੀ ਆ ਪੂਰੀ ਠੀਕ ਹੈ ਤੇ ਯੈਸ ਸੌਂਗੇ ਜਾ ਕੇ ਹੁਣ ਹਾਂਜੀ ਜੇ ਤੁਸੀਂ ਸੌਣ ਦੋਗੇ ਮਤਲਬ ਜਦੋਂ ਮਤਲਬ ਕੀ ਕਰਦੇ ਜੋ ਜਿੱਦਣ ਤੇ ਜੋਤ ਨੇ ਸੌਣਾ ਹੁੰਦਾ ਮਤਲਬ ਜਦੋਂ ਸੌਣਾ ਹੁੰਦਾ ਉਦੋਂ ਕਹਿਣਗੇ ਲਾਈਟ ਵੀ ਆਫ ਕਰ ਦੋ ਫੋਨ ਵੀ ਨਹੀਂ ਚੱਲਣਾ ਚਾਹੀਦਾ ਮਤਲਬ ਚੁੱਪ ਕਰਕੇ ਪੈ ਜਾਓ ਐਂਡ ਉਹੀ ਜੇ ਕਿਤੇ ਮੈਂ ਸੌਣਾ ਹੋਵੇ ਤੇ ਜੋਤ ਨੂੰ ਨੀਂਦ ਨਾ ਆ ਰਹੀ ਹੋਵੇ ਜੋਤ ਉੱਥੋਂ ਟਸ ਤੋਂ ਮਸ ਨਹੀਂ ਹੋਣਗੇ ਵੀ ਫਿਰ ਮਤਲਬ ਜਿਵੇਂ ਮੈਨੂੰ ਰੂਮ ਚੋਂ ਬਾਹਰ ਜਾਣਾ ਪਵੇ ਉਹ ਮਨਜ਼ੂਰ ਹੈ ਪਰ ਜੋਤ ਨਹੀਂ ਕਦੇ ਨਿਕਲ ਕੇ ਜਾਣਗੇ ਐਂਡ ਮੈਂ ਚਾਹੇ ਯੂ ਨੋ ਇਹਨਾਂ ਨੇ ਜੇ ਸੌਣਾ ਹੋਵੇ ਤੇ ਮੈਨੂੰ ਨੀਂਦ ਨਾ ਆ ਰਹੀ ਹੋਵੇ ਮੇਰਾ ਜੀ ਹੋਵੇ ਫੋਨ ਚਲਾਉਣ ਦਾ ਮੈਂ ਭਾਵੇਂ ਨਹੀਂ ਜਿੱਦਾਂ ਕਿ ਫੋਨ ਚਲਾਉਣ ਦੇ ਜੂ ਦੇਖੋ ਸ਼ਨੂਰ ਸੌਂਦੀ ਹੈ 3-4 ਘੰਟੇ ਈਜ਼ੀਲੀ ਮਤਲਬ 2 ਘੰਟੇ 2-3 ਘੰਟੇ ਵੱਲੋਂ ਇਹ ਸੌਗੀ ਦਿਨੇ ਠੀਕ ਹੈ ਫਿਰ ਉਦੋਂ ਬਾਅਦ ਸੌਗੀ 3 ਵਜੇ ਤੋਂ ਲੈ ਕੇ 3-4-5 ਹੈ ਫਿਰ ਉਦੋਂ ਬਾਅਦ ਫਿਰ ਵਿੱਚ ਇਹ ਸੌਂਜੂਗੀ ਮਤਲਬ ਇਹਦਾ ਇਹ ਕੰਮ ਹੈ ਵੀ ਸੋਣਾ ਹੀ ਸੋਣਾ ਇੰਨਾ ਟਾਈਮ ਤਾਂ ਮੈਂ ਨੀਂਦ ਜ਼ਰੂਰੀ ਮਤਲਬ ਜੇ ਤਾਂ ਮੈਂ ਦੁਪਹਿਰੇ ਸੁੱਤੀ ਹਾਂ ਫਿਰ ਮੈਂ 2-5 ਵਜੇ ਤੱਕ ਸੌਂਗੀ ਠੀਕ ਹੈ ਜੇ ਮੈਂ ਸ਼ਾਮ ਨੂੰ ਸੁੱਤੀ ਹਾਂ ਫਿਰ ਮੈਂ 5-7 ਵਜੇ ਤੱਕ ਤਾਂ ਸੌਂਗੀ ਠੀਕ ਹੈ ਦੇਰ ਇਜ਼ ਨੋ ਇਨ ਬਿਟਵੀਨ ਠੀਕ ਹੈ ਹਾਂ ਜੇ ਮੀਨ ਵਾਈਲ ਮੈਂ 10-15 ਮਿੰਟ ਦੇ ਨੈਪ ਕਦੀ ਇੱਧਰ ਕਦੀ ਉੱਧਰ ਲੈ ਲਾਂ ਉਹ ਗੱਲ ਵੱਖਰੀ ਹੈ ਠੀਕ ਹੈ ਚੱਲ ਜੋਤ ਸੌਂਦੇ ਅੱਧਾ ਘੰਟਾ ਜਾਂ ਘੰਟਾ ਸੌਂਦੇ ਨੇ ਪਰ ਇਹਨਾਂ ਨੂੰ ਪੂਰਾ ਪੀਸਫੁਲ ਚਾਹੀਦਾ ਹੁੰਦਾ ਮੇਰੇ ਲਾਗੇ ਰੌਲਾ ਵੀ ਪੈ ਰਿਹਾ ਹੋਊਗਾ ਥੋੜ੍ਹਾ ਬਹੁਤ ਮੈਂ ਸੌਂ ਸਕਦੀ ਹਾਂ ਮਤਲਬ ਮੇਰੀ ਨੀਂਦ ਇੰਨੀ ਜ਼ਿਆਦਾ ਪਿਆਰੀ ਹੈ ਵੀ ਮੈਂ ਜੇ ਕਿਤੇ ਵੀ ਸੌਂ ਸਕਦੀ ਹਾਂ ਮਿੰਟ 'ਚ ਹੀ ਐਂ ਅੱਖਾਂ ਬੰਦ ਚਲੋ ਸੌ ਕੇ ਠੀਕ ਹੈ ਮਤਲਬ ਜੇ ਕਾਰ 'ਚ ਵੀ ਜੇ ਅਸੀਂ ਕਿਤੇ 10-15 ਮਿੰਟ ਤੋਂ ਵੱਧ ਕਿਤੇ ਡਰਾਈਵ ਕਰਤੇ ਚੱਲ ਜਾਈਏ ਕਿਤੇ ਮੈਂ ਉਤਰਾਂ ਨਾ ਕਿਤੇ ਤਾਂ ਮੈਂ ਉਦੋਂ ਵੀ ਸੌਂ ਜਾਊਂਗੀ ਦੋਨ ਦਵਾਈ ਲੈਣੀ ਆ ਕਿਹੜੀ ਦਵਾਈ ਲੈਣੀ ਹੁਣ ਜਿਹੜੀ ਕੱਲ੍ਹ ਲਿੱਤੀ ਸੀ ਵੀ ਹੈਵ ਦਿਸ ਨੂੰ ਹੁਣ ਪਿੱਛੋਂ ਕਿਉਂ ਵੀ ਲੈ ਲਈਏ ਇੱਧਰ ਦਾਦੀ ਪੋਤੇ ਦੀ ਪਲੈਨਿੰਗਾਂ ਚੱਲ ਰਹੀਆਂ ਨੇ ਕੀ ਪਲੈਨਿੰਗਾਂ ਚੱਲ ਰਹੀਆਂ ਨੇ ਦੱਸਿਓ ਜਰਾ ਮੈਨੂੰ ਦਾਦੀ ਲਾਜ ਨਹੀਂ ਹੈਗਾ ਮਨੀ ਡੋਨਟ ਮੇਕ ਲਵ ਇਸ ਚੀਜ਼ ਤੇ ਰਹੀ ਹੁਣ ਮੈਂ ਨਵਾਂ ਕੋਈ ਕੱਪੜਾ ਨੀ ਲੈ ਕੇ ਦੇਣਾ ਫਿਰ ਹੁਣੇ ਮੈਨੂੰ ਕਹਿਣ ਡਿਆ ਚੰਡੀਗੜ੍ਹ ਲੈ ਕੇ ਜਾਊਂਗੇ ਨਾ ਕੱਪੜੇ ਖਰੀਦਣੇ ਮੈਂ ਨਹੀਂ ਕਿਹਾ ਝੂਠ ਨਾ ਬੋਲੀ ਚੱਲ ਠੀਕ ਹੈ ਹੁਣ ਤੈਨੂੰ ਕੋਈ ਕੱਪੜਾ ਨਹੀਂ ਮਿਲੂਗਾ ਬਰਥਡੇ ਤੇ ਲੈਣੇ ਮੈਂ ਤੈਨੂੰ ਤ੍ਰਿਪੜੀ ਤੋਂ ਟੀ ਸ਼ਰਟ ਲਿਆ ਦੇਣੀ ਨਹੀਂ ਕੇਕ ਵੀ ਆਸਾਨੀ ਵਾਲੇ ਹਾਂ ਕੇਕ ਵੀ ਜੱਗੀ ਵਾਲਾ ਕੇਕ ਚੱਲੂਗਾ ਫਿਰ ਠੀਕ ਹੈ ਹਾਂ ਠੀਕ ਹੈ ਬਸ ਹੁਣ ਫਿਰ ਕੋਈ ਰਿਟਰਨ ਗਿਫਟ ਵਿੱਚ ਤੈਨੂੰ ਕੱਪ ਨਹੀਂ ਮਿਲਣੇ ਕੋਈ ਬਰਥਡੇ ਤੇ ਕੋਈ ਬੱਚਾ ਨਹੀਂ ਆਊਗਾ ਤੇਰਾ ਸਿੰਪਲ ਜਿਹਾ ਕੇਕ ਕੱਟ ਦੇਣਾ ਜੱਗੀ ਸਵੀਟਸ ਤੋਂ ਲਿਆ ਕੇ ਦੈਟਸ ਇਟ ਡਨ ਓਕੇ ਤੁਸੀਂ ਹੁਣ ਉੱਪਰ ਕਿਉਂ ਆਏ ਹੋ ਤੁਸੀਂ ਤਾਂ ਮੇਰੇ ਨਾਲ ਕੱਟੀ ਹੋ ਤੁਹਾਡਾ ਬੈਡਰੂਮ ਥੋੜੀ ਹੈ ਅਤੇ ਮੇਰਾ ਬੈਡਰੂਮ ਹੈ ਜਿਵੇਂ ਡੈਡਾ ਦਾ ਬੈਡਰੂਮ ਹੈ ਮੇਰਾ ਬੈਡਰੂਮ ਥੋੜੀ ਹੈ ਤੁਸੀਂ ਉਦਣ ਬੋਲ ਰਹੇ ਸੀ ਜੇ ਮੇਰੀ ਡੈਡਾ ਨਾਲ ਲੜਾਈ ਹੋਏਗੀ ਨਾ ਮੈਂ ਤੇਰੇ ਨਾਲ ਪੈ ਲਿਆ ਕਰੂੰਗੀ ਰੂਮ ਚ ਕਹਿੰਦੀ ਆ ਯਾਪ
ਆ ਮੈਨੂੰ ਕਹਿੰਦਾ ਵੀ ਆ ਮੇਰਾ ਰੂਮ ਨਹੀਂ ਆ ਡੈਡਾ ਦਾ ਰੂਮ ਆ ਮੇਰਾ ਰੂਮ ਨਹੀਂ ਆ ਬਿਲਕੁਲ ਓਬਵੀਅਸਲੀ ਹੈ ਹੈ ਕਿ ਨਹੀਂ ਹੈ ਬਿਲਕੁਲ ਓਬਵੀਅਸਲੀ ਕਿ ਤੁਹਾਡਾ ਰੂਮ ਹੈ ਨਹੀਂ ਤੇਰਾ ਹੀ ਰੂਮ ਹੈ ਤੇਰਾ ਤੇਰਾ ਰੂਮ ਹੈ ਕੱਲੀ ਦਾ ਤੁਸੀਂ ਬਾਹਰ ਜਾਓ ਦੋਨੋਂ ਐ ਮੈਨੂੰ ਬੁਲਾ ਨਹੀਂ ਨਾ ਰਿਹਾ ਜੇਡਨ ਤੇ ਤੇਰਾ ਰੂਮ ਹੈ ਐ ਮੈਨੂੰ ਬੁਲਾ ਨਹੀਂ ਰਿਹਾ ਹੋਰ ਕੀ ਤੁਸੀਂ ਚਾਹੁੰਦੇ ਹੋ ਕਮਰੇ ਚ ਖਲਾਰਾ ਦੇਖੋ ਕਿੰਨਾ ਪਿਆ ਹੋਇਆ ਹਲੇ ਕੱਲ ਚੱਕਿਆ ਸੀ ਜੇੜਨ ਚਲ ਆਈਪੈਡ ਛੱਡ ਥੋੜਾ ਚਿਰ ਪੈਣ ਦੇ ਨਾਲ ਤੂੰ ਵੀ ਪੈ ਜਾ ਸੋ ਗਾਈਜ਼ ਹੁਣ ਅਸੀਂ ਚੱਲੇ ਆ ਤਿੰਨੋਂ ਜਾਣੇ ਬਾਜ਼ਾਰ ਜੇੜਨ ਦਾ ਕੋਈ ਕੰਮ ਨਹੀਂ ਸੀਗਾ ਵੈਸੇ ਉਹ ਧੱਕੇ ਨਾਲ ਆਇਆ ਜਦੋਂ ਗੱਡੀ ਚ ਬਹਿਨੀ ਹੋ ਮੈਂ ਉਦੋਂ ਤੁਸੀਂ ਨਾਲ ਦੀ ਨਾਲ ਕਹਿ ਦਿੰਦੇ ਹੋ ਵੀ ਟੰਕੀ ਦੀ ਘੰਟੀ ਵੱਜ ਗਈ ਹੈ ਤੇ ਤੇਲ ਪਾਉਣਾ ਤੇ ਤੁਸੀਂ ਮੈਨੂੰ ਤੇਲ ਪਵਾ ਪਾ ਕੇ ਲੁੱਟ ਲੈ ਖਾ ਗਏ ਤੇਲ ਪਵਾ ਪਾ ਕੇ ਸਮਾਨ ਅਸੀਂ ਪੈਕ ਕਰਾ ਲਿਆ ਪੇਟ ਪੂਜਾ ਅਸੀਂ ਕਰ ਲਈ ਜੇ ਮੈਂ ਖਾਈ ਪਾਓ ਭਾਜੀ ਮੰਮਾ ਨੇ ਖਾਇਆ ਡੋਸਾ ਮਸਾਂ ਰਸਤੇ ਚੋਂ ਲੱਭਦੇ ਲੁਭਾਉਂਦੇ ਆ ਹੀ ਗਏ ਹੈਨਾ ਮੰਮਾ ਮੰਮਾ ਹਮੇਸ਼ਾ ਕਹਿ ਦੇਣਗੇ ਵੀ ਮੈਨੂੰ ਰਸਤਾ ਪਤਾ ਹੈ ਰਸਤੇ ਐਸੇ ਉਹ 'ਚ ਗਵਾ ਦਿੰਦੇ ਨੇ ਵੀ ਬਾਅਦ 'ਚ ਰਸਤਾ ਹੀ ਨਹੀਂ ਲੱਭਦਾ ਹੁਣ ਘਰ ਕਿਸੇ ਨੂੰ ਨਹੀਂ ਪਤਾ ਵੀ ਅਸੀਂ ਇੱਥੇ ਬੈਠੇ ਹਾਂ ਸਾਰਿਆਂ ਨੂੰ ਐਂ ਲੱਗ ਰਿਹਾ ਅਸੀਂ ਕੰਮ ਕਰ ਰਹੇ ਹਾਂ ਕਿਉਂਕਿ ਅੱਜ ਮੰਮਾ ਨੂੰ ਇੰਨੀ ਕੁ ਜ਼ਿਆਦਾ ਭੁੱਖ ਲੱਗੀ ਹੋਈ ਸੀ ਮੰਮਾ ਤਾਂ ਕਹਿੰਦੇ ਮੈਂ ਤਾਂ ਉੱਥੇ ਜਾ ਕੇ ਖਾ ਕੇ ਹੀ ਆਊਂਗੀ ਫਿਰ ਹੀ ਘਰ ਜਾਊਂਗੀ ਇਹ ਦੇਖੋ ਨੂੰ ਕਿਵੇਂ ਜ਼ਿਆਦਾ ਹੈ ਇੰਨੇ ਮੰਮਾ ਦੇ ਡਬਲ ਸਟੈਂਡਰਡ ਨੇ ਪਰਸੋਂ ਨਾ ਕੇ ਦੀਦੀ ਦੀ ਲੜਾਈ ਹੋ ਗਈ ਉਹਨਾਂ ਨੂੰ ਕਹਿੰਦੇ ਡਰ ਕੇ ਨਹੀਂ ਰਹਿਣਾ ਆਪਣੇ ਘਰ ਵਾਲੇ ਦੇ ਚਾਰ ਪੰਜ ਛੱਡੋ ਮੈਂ ਕਿਹਾ ਮੇਰੀ ਲੜਾਈ ਹੋ ਜਾਏ ਜੋਤੀ ਤੇ ਮੈਂ ਉੱਥੇ ਜਾ ਕੇ ਸੌ ਜਾਂਦੀ ਕਹਿੰਦੇ ਤੂੰ ਵੀ ਮੇਰੇ ਮੁੰਡੇ ਨਾਲ ਲੜ ਆ ਫਿਰ ਉਹ ਤਾਂ ਕੁੜੀਆਂ ਵਰਗਾ ਮੁੰਡਾ ਏ ਕੁਛ ਕਹਿੰਦਾ ਉਹ ਮੰਮਾ ਡਬਲ ਸਟੈਂਡਰਡ ਕਦੇ ਵੀ ਨਹੀਂ ਲਿਆ ਹੈਗਾ ਜੋਤ ਲਿਆ ਕਦੀ ਮੈਂ ਤੁਹਾਡੀ ਲੜਾਈ 'ਚ ਕਦੇ ਮੈਂ ਬੜੀਆਂ ਬੜੀ ਨਹੀਂ ਤੇ ਫਿਰ ਮੁੰਡੇ ਦੀ ਸਾਈਡ ਕਿਉਂ ਲੈ ਗਲਤੀ ਸੀਗੀ ਜੋਤ ਤੇਰੀ ਹਾਂ ਇਹ ਮੇਰਾ ਮੇਰੀ ਗਲਤੀ ਹੋ ਗਈ ਜੇ ਮੈਂ ਲੜੀ ਹੋਊਂਗੀ ਜਦੋਂ ਲੜਦੀ ਹੈ ਤੇਰੀ ਗਲਤੀ ਸੀਗੀ ਜਦੋਂ ਲੜਾਈ ਹੁੰਦੀ ਤੇ ਤੁਹਾਡੀ ਗਲਤੀ ਨਹੀਂ ਹੁੰਦੀ ਹਾਂ ਵੇਖੀ ਕਿੱਡੇ ਗੰਦੇ ਨੇ ਦੋਨੋਂ ਜਾਣੇ ਬੜੇ ਤੁਸੀਂ ਖਰਾਬ ਜੇ ਆ ਗੰਦੇ ਆਪਣੀ ਵੀਡੀਓ ਬਣਾ ਰਹੀ ਹੈ ਸਹੀ ਸੀ ਬੋਲ ਹਾਂ ਝੂਠੇ ਦੇਖ ਲੋ ਨਹੀਂ ਲੜਾਈ ਵੀ ਕੋਈ ਵਜ੍ਹਾ ਹੋਣੀ ਨਾ ਕੋਈ ਵੀ ਗਲਤ ਲੜਾਈ ਹੋ ਸਕਦੀ ਆ ਉਹ ਹੋ ਸਕਦੀ ਆ ਲੈ ਐਵੇਂ ਕੋਈ ਵੀ ਆਪਾਂ ਲੈ ਨਾਰਮਲ ਗੱਲ ਹੋਣ ਦੀ ਲੜਾਈ ਨਹੀਂ ਹੋ ਜਾਂਦੀ ਬੰਦ ਕਰ ਜਾਂਦੀ ਬੰਦ ਹੈਲੋ ਹੈਲੋ ਵੈਲਕਮ ਬੈਕ ਟੂ ਆਰ YouTube ਚੈਨਲ ਸੋ ਜੋਤ ਆਪਣੀ ਰਿਕਵਰੀ ਪੀਰੀਅਡ ਤੇ ਨੇ ਅਸੀਂ ਡਾਕਟਰ ਕੋਲ ਜਾ ਰਹੇ ਨੇ ਪਰ ਨਾਲ ਦੀ ਨਾਲ ਹੀ ਜੇੜਨ ਦਾ ਬਰਥਡੇ ਹੈ ਪਰਸੋਂ ਤੇ ਉਹਦੀ ਸ਼ਾਪਿੰਗ ਇੰਨੀ ਜਿੰਨੀ ਵੀ ਨਹੀਂ ਹੋਈ ਸੀਗੀ ਕਿ ਕੱਲ੍ਹ ਗਿਫਟਸ ਵਗੈਰਾ ਜਿਹੜੇ ਸੀਗੇ ਸਕੂਲ ਦੇ ਨੇ ਸਾਰੇ ਉਹ ਤਾਂ ਮੈਂ ਲੈ ਆਈ ਸੀਗੀ ਕੱਲ੍ਹ ਤੇ ਉਹ ਵੀ ਵਲੌਗ ਮੈਂ ਕੱਲ੍ਹ ਤੱਕ ਪਾ ਦੂੰਗੀ ਨਵੇਂ ਚੋਚਲੇ ਸਟਾਰਟ ਹੋ ਗਏ ਜੋਤਾਂ ਦੇ ਗਿਫਟਾਂ ਦੇ ਰਿਟਰਨ ਗਿਫਟ ਦੋ ਜੀ ਮਤਲਬ ਇਹ ਕੱਲ ਜਦੋਂ ਮੈਂ ਲੈ ਕੇ ਆਈ ਜਿਹੜੇ ਨੇ ਸਕੂਲ ਕਲੈਰਸ ਦੀ ਟੌਫੀਆਂ ਦਾ ਪੈਕੇਟ ਹੁੰਦਾ ਸੀ ਟਰੂ ਦੈਟ ਉਹ ਹੀ ਸਾਰੇ ਸਕੂਲ 'ਚ ਵੰਡ ਦੇਈਦੀਆਂ ਸੀਗੀਆਂ ਕੋਈ ਆ ਗਿਫਟ ਮੈਂ ਨਹੀਂ ਮਤਲਬ ਜਦੋਂ ਤੱਕ ਮੈਂ 5th
ਖਚਾਈ ਸੀ ਉਦੋਂ ਤੱਕ ਗਿਫਟ ਹੋਣੇ ਸ਼ੁਰੂ ਹੋ ਗਏ ਸੀਗੇ ਤੇ ਉਦੋਂ ਮੈਂ ਲੈ ਕੇ ਜਾਂਦੀ ਹੁੰਦੀ ਸੀ, ਪਰ ਪਹਿਲਾਂ ਉਸ ਤੋਂ ਪਹਿਲਾਂ ਲਾਈਕ ਫਰੋਮ ਨਰਸਰੀ ਟੂ 4th ਤੱਕ ਠੀਕ ਹੈ ਟੋਫੀਆਂ ਹੀ ਚੱਲਦੀਆਂ ਹੁੰਦੀਆਂ ਸੀ, ਚੋਕਲੇਟਸ ਵੱਧ ਤੋਂ ਵੱਧ ਤੁਸੀਂ ਲੈ ਕੇ ਜਾ ਸਕਦੇ ਸੀਗੇ ਤੇ ਹੁਣ ਨਵਾਂ ਹੀ ਆ ਗਿਆ। ਮਤਲਬ ਇਹਦੇ ਭਾਜੀ ਦੇ ਜਿਹੜੇ ਸਕੂਲ ਵਾਲੇ ਬੱਚੇ ਨੇ ਉਹੀ ਘਰ ਆਉਣੇ ਨੇ ਠੀਕ ਹੈ, ਉੱਥੇ ਵੱਖਰੇ ਗਿਫਟ ਨੇ, ਘਰ ਆਇਆਂ ਨੂੰ ਰਿਟਰਨ ਗਿਫਟ ਵੱਖਰੇ ਨੇ, ਗੇਮਸ ਜਿਹੜੀਆਂ ਖੇਡਣਗੇ ਉਹ ਗਿਫਟ ਵੱਖਰੇ ਨੇ। ਕੁਲਰਾਜ ਨੂੰ ਸੂਟ ਪੜਾਉਣੇ ਮੋਨਾ ਦੀਪ ਦੇ ਤੇ ਫਿਰ ਮੈਨੂੰ ਇੱਕ ਗੁੱਡ ਨਿਊਜ਼ ਮਿਲੀ ਕਿ ਦੀਦੀ ਦਹੀਂ ਭੱਲੇ ਪਾ ਕੇ ਭੇਜੀ ਤੇ ਮੈਂ ਕਰੋੜੀ ਪਾ ਕੇ ਭੇਜ ਰਹੀ ਹੈ ਤੇ ਸੋਹਣੇ ਭੁੱਖ ਤੇ ਪਹਿਲੀ ਲੱਗੀ ਹੋਈ ਸੀਗੀ ਹੁਣ ਮੈਂ ਖਾ ਲੂੰਗੀ ਤੇ ਕਿਉਂਕਿ ਬਾਹਰ ਦਾ ਅਵੋਇਡ ਹੀ ਕਰਨਾ ਜੋਤ ਕਰਕੇ ਤੇ ਹੁਣ ਅਸੀਂ ਮਿਲਦੇ ਹਾਂ ਤੁਹਾਨੂੰ, ਅਸੀਂ ਚੱਲੇ ਹਾਂ ਚੰਡੀਗੜ੍ਹ ਤੇ ਤੁਹਾਨੂੰ ਸੋ ਖੁਸ਼ੀਓ ਕਾ ਪਚਾੜਾ ਨਿਕਲ ਆਇਆ ਹੈ ਬਈ ਭੱਲੇ ਗਾਇਸ ਹੋਮ ਕੇ ਘਰ ਦੇ ਬਣੇ ਹੋਏ ਨਹੀਂ ਭੱਲੇ ਐਂਡ ਮੈਂ ਕਰੋਣੀ ਮੈਂ ਕਰੋਣੀ ਮੈਂ ਕਰੋਣੀ ਹੋਮ ਠੀਕ ਹਾਂ।